ਪੰਜਾਬ ਦੇ ਡੀਜੀਪੀ ਨੇ ਕਾਂਗਰਸ ਆਗੂਆਂ ਨੂੰ ਲੁਧਿਆਣਾ ਮਸਲਾ ਹੱਲ ਕਰਨ ਦੇ ਲਈ ਆਪਣੇ ਦਫ਼ਤਰ ਸੱਦਿਆ। ਕਾਂਗਰਸ ਦੇ ਵਿਧਾਇਕ ਸੁਖਵਿੰਦਰ ਰੰਧਾਵਾ, ਸੁਰਿੰਦਰ ਡਾਵਰ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਡੀਜੀਪੀ ਨੂੰ ਮਿਲਣ ਪਹੁੰਚੇ। ਲੁਧਿਆਣਾ 'ਚ ਅਕਾਲੀ ਕਾਂਗਰਸ ਝੜਪ ਮਾਮਲਾ, ਪੰਜਾਬ ਡੀਜੀਪੀ ਵੱਲੋਂ ਜਾਂਚ ਜਾਰੀ। ਰਵਨੀਤ ਪਿੱਟੂ ਦੇ ਗਨਮੈਨ ਦੇ ਬਿਆਨ ਹੋਏ ਰਿਕਾਰਡ। ਚੰਡੀਗੜ੍ਹ 'ਚ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਾਂਗਰਸ ਦਾ ਧਰਨਾ ਤੀਜੇ ਦਿਨ ਵੀ ਜਾਰੀ। ਅੰਬਿਕਾ ਸੋਨੀ, ਆਸ਼ਾ ਕੁਮਾਰੀ, ਬੀਬੀ ਰਜਿੰਦਰ ਕੌਰ ਪੱਟਲ ਸਣੇ ਤਮਾਮ ਲੀਡਰਸ਼ਿਪ ਧਰਨੇ 'ਤੇ ਮੌਜੂਦ। ਕਾਂਗਰਸ ਦੇ ਧਰਨੇ ਤੇ ਬੋਲਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਡੀਜੀਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਹੋਵੇਗੀ, ਪਰ ਕਾਂਗਰਸ ਬੇਵਜ੍ਹਾ ਮਾਮਲੇ ਨੂੰ ਧੂਲ ਦੇ ਰਹੀ ਹੈ। ਕੋਈ ਡੀ ਆਈ ਜੀ ਨੇ ਇਨਕੁਆਇਰੀ ਲਈ ਹੈ, ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਡੀ ਜੀ ਪੀ ਖੁਦ ਇਨਕੁਆਇਰੀ ਕਰੇ। ਕਿਸੇ ਤੋਂ ਇਨਕੁਆਇਰੀ ਕਰਨੀ, ਕੋਈ ਕੇਸ ਹੁੰਦਾ ਹੈ ਉਹਦੀ ਇਨਕੁਆਇਰੀ ਹੁੰਦੀ ਹੈ। ਡੀ ਜੀ ਪੀ ਤੋਂ ਵੱਡਾ ਅਫਸਰ ਕੋਈ ਨਹੀਂ। ਲੁਧਿਆਣਾ ਪੁਤਲਾ ਸਾੜਨ ਵਾਲੇ ਮਾਮਲੇ 'ਚ ਮੁੱਖ ਮੰਤਰੀ ਦੇ ਵੱਲੋਂ ਡੀ ਜੀ ਪੀ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਅਤੇ 3 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ ਗਿਆ, ਪਰ ਕਾਂਗਰਸ 'ਚ ਜਾਂਚ 'ਤੇ ਸਵਾਲ ਚੁੱਕ ਰਹੀ ਹੈ ਤਾਂ ਦੂਜੇ ਪਾਸੇ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਕਾਂਗਰਸ 'ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾਏ। ਨਾ ਤਾਂ ਡੀ ਜੀ ਪੀ ਇੱਥੋਂ ਆ ਸਾਹਮਣੇ ਹੀ ਗੱਡੀ ਜਦ ਹੁਕਮ ਲੈ ਕੇ ਗਏ, ਜਿਨ੍ਹਾਂ 'ਤੇ ਹਮਲਾ ਹੋਇਆ, ਜਿਨ੍ਹਾਂ ਨੂੰ ਕੁੱਟਿਆ ਮਾਰਿਆ, ਜਿਨ੍ਹਾਂ ਦੀਆਂ ਗੱਡੀਆਂ ਭੰਨੀਆਂ, ਜਿਨ੍ਹਾਂ 'ਤੇ ਜਾਨ 'ਤੇ ਹਮਲਾ ਲਿਆ, ਅਸੀਂ ਤਾਂ ਸੀਐਮ ਦੇ ਘਰ ਦੇ ਬਾਹਰ ਬੈਠੇ ਹਾਂ। ਅਸੀਂ ਤਾਂ ਚੀਫ ਮਿਨਿਸਟਰ ਨੂੰ ਵਾਰ ਵਾਰ ਮਿੰਨਤਾਂ ਕਰਦੇ ਰਹੇ ਵੀ ਸਾਡੇ 'ਤੇ ਹਮਲਾ ਹੋਇਆ। ਡੀ ਜੀ ਪੀ ਸਾਹਿਬ ਉੱਥੇ ਕਿਹਦੀਆਂ, ਜਿਨ੍ਹਾਂ 'ਤੇ ਅਸੀਂ ਕਹਿੰਦੇ ਹਾਂ ਵੀ ਜਿਨ੍ਹਾਂ ਨੇ ਸਾਡੇ 'ਤੇ ਹਮਲਾ ਕੀਤਾ, ਉਹਨਾਂ ਦੀਆਂ ਹੀ ਉਹ ਜਾ ਕੇ ਉੱਥੇ ਜਿਹੜੀਆਂ ਗੱਲਾਂ ਸੁਣ ਰਹੇ ਹੋ। 4 ਸਾਲ 9 ਮਹੀਨੇ ਇਸ ਹੁੰਦੇ ਆ ਘੁੰਮਕਰਨ ਦੀ ਨੀਂਦ, ਕੋਈ ਇਹਨਾਂ ਨੂੰ ਪਤਾ ਨਹੀਂ ਹੁੰਦਾ ਪੰਜਾਬ 'ਚ ਕੀ ਹੈ ਕੀ ਨਹੀਂ ਹੈ। ਜਦੋਂ ਇਲੈਕਸ਼ਨ ਆਉਂਦੇ ਆ, ਜਦੋਂ ਇਹ ਫਿਰ ਜਿਵੇਂ ਹੈ ਨਾ ਪਿੰਡ ਨੇੜੇ ਆ ਜੇ, ਫਿਰ ਜੁੱਤੀ ਖੋਲ੍ਹ ਕੇ ਭੱਜਦੇ ਆ। ਜਦੋਂ ਇਹ ਜੁੱਤੀ ਖੋਲ੍ਹ ਕੇ ਭੱਜਦੇ ਆ, ਯਾਨੀ ਕਿ ਕਾਂਗਰਸ ਦਾ ਛੋਛਾਬਾਜੀ ਕਰਨ ਦੇ ਸਵਾ ਕੋਈ ਮਤਲਬ ਇਹਨਾਂ ਦਾ ਕੋਈ ਉਹ ਨਹੀਂ ਹੈਗਾ। ਲੋਕਾਂ ਕਾਂਗਰਸ ਨੂੰ ਅਜਮਾ ਚੁੱਕੀ, ਪਰਤਿਆ ਚੁੱਕੀ। ਸ਼ਹੀਦ ਫੌਜੀ ਅਤੇ ਹੋਮਗਾਰਡ ਜਵਾਨਾਂ ਦੇ ਪਰਿਵਾਰਾਂ ਦਾ ਧਰਨਾ ਵੀ ਸੀਐਮ ਰਿਹਾਇਸ਼ ਮੂਹਰੇ ਲਗਾਤਾਰ ਜਾਰੀ। ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦਿਆਂ ਸ਼ੁਰੂ ਕੀਤੀ ਭੁੱਖ ਹੜਤਾਲ। ਉਧਰ ਸ਼ਹੀਦ ਪੁਲਿਸ ਜਵਾਨਾਂ ਦੇ ਮਾਮਲੇ 'ਤੇ ਬੋਲਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਆ ਤਾਂ ਉਸ ਤੋਂ ਬਾਅਦ ਹੀ ਸਰਕਾਰ ਕੋਈ ਫੈਸਲਾ ਲਵੇ। ਅੱਜ ਪੁਲਿਸ ਦੀਆਂ ਵਿਧਵਾਵਾਂ ਸੀ, ਉਹ ਵੀ ਗਈਆਂ ਸੀ ਘਰੋ ਕਰਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪਤਾ ਨਹੀਂ ਜੀ, ਹੁਣ ਇਲੈਕਸ਼ਨ ਦੇ ਨੇੜੇ ਸਾਰਾ ਹੁਣ ਸ਼ੁਰੂ ਹੋ ਜੂਗਾ। ਤੁਸੀਂ ਮੈਂ ਦੱਸਾਂ ਜਿਹੜਾ ਸਹੀ ਹੈ, ਭਾਵੇਂ ਵੀ ਹੈ 50 ਲੱਖ ਰੁਪਏ ਹਾਈ ਕੋਰਟ ਕੇਸ ਚੱਲ ਰਿਹਾ ਜੋ ਮੈਂ ਦਖਲ ਕਰ ਲਿਆ। ਉਧਰ ਸ਼ਹੀਦ ਫੌਜੀਆਂ ਦੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਕ ਹੀ ਉਹਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਦਾ ਧਰਨਾ ਮੁਜ਼ਾਹਰਾ ਜਾਰੀ ਰਹੇਗਾ। ਦੇਖੋ ਜੀ, ਗੱਲ ਇਹ ਹੈ ਕਿ ਜੋ 25 ਲੱਖ ਜਾਂ 50 ਲੱਖ ਦੀ, ਪਹਿਲਾਂ 25 ਲੱਖ ਦੀ ਗੱਲ ਕਰ ਰਹੇ ਤੇ ਹੁਣ 50 ਲੱਖ ਦੀ ਗ੍ਰਾਂਟ ਦੀ ਗੱਲ ਕਰ ਰਹੇ ਨੇ, ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈਗਾ। ਹਾਈਕੋਰਟ ਦੇ ਆਰਡਰ ਨੇ ਜਿਹੜੇ ਉਹ ਲਾਗੂ ਕੀਤੇ ਜਾਣ, ਔਰ ਉਹ ਲਾਗੂ ਅਸੀਂ ਕਰਵਾ ਕੇ ਹੀ ਰਹਾਂਗੇ, ਚਾਹੇ ਕੁਛ ਹੋ ਜਾਵੇ। ਅਸੀਂ ਬੈਠੇ ਹਾਂ ਉਨਾ ਟਾਈਮ ਬੈਠ ਰਹਾਂਗੇ ਜਿੰਨਾ ਟਾਈਮ ਇਹ ਹਾਈਕੋਰਟ ਦੇ ਆਰਡਰ ਲਾਗੂ ਨਹੀਂ ਕਰਦੇ। ਸ਼ਹੀਦ ਪਰਿਵਾਰਾਂ ਵੱਲੋਂ ਦਿੱਤੇ ਗਏ ਧਰਨੇ 'ਤੇ ਬੋਲਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 50 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ, ਜਦਕਿ ਕਾਨੂੰਨ ਮੁਤਾਬਕ ਇੰਨੇ ਜ਼ਿਆਦਾ ਮੁਆਵਜ਼ੇ ਦੀ ਤਜਵੀਜ਼ ਨਹੀਂ। ਦੇਖੋ, ਅਸੀਂ ਜੋ ਮੈਕਸੀਮਮ 1-1 ਨੂੰ 1000 ਜ਼ਮੀਨ ਦਾ ਵੀ ਅੰਬ ਕੀਤਾ, 50 ਲੱਖ ਰੁਪਇਆ 1 ਨੂੰ ਦੇ ਰਹੇ ਹਾਂ। ਹੁਣ ਇਹ ਵਟਾ ਕੀ ਹੋ ਸਕਦਾ? ਉਧਰ
ਉਧਰ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜੈਣੀ ਦਾ ਕਹਿਣਾ ਹੈ ਕਿ ਸਰਕਾਰ ਨੇ ਮੰਗਾਂ ਮੰਨੀਆਂ ਨੇ, ਬਾਕੀ ਪਰਿਵਾਰ ਸਰਕਾਰ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਨਿਪਟਾ ਸਕਦੇ ਨੇ। ਜਦਕਿ ਕਾਂਗਰਸੀ ਐਮ ਪੀ ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦੇਵੇ। ਬਸ ਹਮ ਚਲੋ 50 ਲੱਖ ਦੀ ਗੱਲ ਕਰਤੀ, 50 ਲੱਖ ਵੀ ਕੋਈ ਥੋੜ੍ਹੇ ਨਹੀਂ ਹੁੰਦੇ। ਅਗਰ ਉਹ ਚਾਹੁੰਦੇ ਅੱਜ ਤਾਂ ਪ੍ਰੋਪਰਟੀ ਰੇਟ ਜਿਹੜੀ ਆ ਜ਼ਮੀਨਾਂ ਦੇ ਡਾਊਨ ਹੈ, ਔਰ ਅਗਰ ਉਹ ਬਹਿ ਕੇ ਗੱਲ ਕਰਨਗੇ ਤਾਂ ਸੀਐਮ ਸਾਹਿਬ ਕਦੇ ਕਿਸੇ ਨੂੰ ਮਨਾ ਨਹੀਂ ਕਰਦੇ। ਪਰ ਜਿਹੜੇ ਵਾਅਦੇ ਸੀ ਸਰਕਾਰਾਂ ਨੇ ਕੀਤੇ, ਉਹ ਵਾਅਦੇ ਮੈਂ ਸਮਝਦਾ ਤਕਰੀਬਨ 100 ਤੋਂ ਉੱਤੇ ਪਰਿਵਾਰ ਜਿਨ੍ਹਾਂ ਨੂੰ 10 ਏਕੜ ਜ਼ਮੀਨ ਦੇਣੀ ਸੀ, ਉਹ ਵਾਅਦੇ ਆ ਜਿਹੜੇ ਉਹ ਪੂਰੇ ਨਹੀਂ ਹੋਏ। ਮੈਂ ਸਮਝਦਾ ਕਿੱਡੀ ਕੁ ਬੜੀ ਗੱਲ ਆ, ਜੇ ਅੱਜ ਜ਼ਮੀਨ ਤੁਹਾਡੇ ਕੋਲ ਕੋਈ ਸਰਕਾਰ ਦੇ ਕੋਲ ਪੂਲ 'ਚ ਨਹੀਂ ਗੀ ਤਾਂ ਤੁਸੀਂ 1 ਕਰੋੜ ਰੁਪਈਆ ਦੇ ਦਿਓ, ਕਿੱਡੀ ਕੁ ਬੜੀ ਗੱਲ ਆ। ਜੇ 100 ਪਰਿਵਾਰ ਕੋਈ ਰਹਿ ਵੀ ਗਿਆ ਜਿਨ੍ਹਾਂ ਨੂੰ ਕੁਛ ਨਹੀਂ ਪਤਾ ਸੀ, ਕੋਈ ਇੰਨੇ ਪੜ੍ਹੇ ਲਿਖੇ ਨਹੀਂ ਸੀ ਜਾਂ ਬਾਹਰ ਅੰਦਰ ਉਸ ਵੇਲੇ ਨਹੀਂ ਜਾਣਦੇ ਸੀ। ਵਿਕਰਮ ਸਿੰਘ ਮਜੀਠੀਆ ਵੱਲੋਂ ਆਪ ਆਗੂਆਂ ਖਿਲਾਫ਼ ਦਰਜ ਮਾਣਹਾਨੀ ਕੇਸ ਦੀ ਅੰਮ੍ਰਿਤਸਰ ਅਦਾਲਤ ਵਿੱਚ ਹੋਈ ਸੁਣਵਾਈ। ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਨੇ ਰੁਚੇਵਿਆਂ ਦਾ ਹਵਾਲਾ ਦੇ ਕੇ ਪੇਸ਼ੀ ਤੋਂ ਮੰਗੀ ਛੋਟ। ਮਜੀਠੀਆ ਨੇ ਕਿਹਾ ਅਦਾਲਤੀ ਕਾਰਵਾਈ ਤੋਂ ਭੱਜ ਰਹੇ ਨੇ ਕੇਜਰੀਵਾਲ, ਪਰ ਅਦਾਲਤ ਜ਼ਰੂਰ ਦੇਵੇਗੀ ਇਨਸਾਫ਼। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਅਦਾਲਤੀ ਕਾਰਵਾਈ ਤੋਂ ਭੱਜ ਰਹੀ ਹੈ, ਪਰ ਉਹਨਾਂ ਨੂੰ ਯਕੀਨ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਦੇਖੋ, ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਕਿ ਇਹਨਾਂ ਨੇ ਭੱਜਣਾ ਤੇ ਰਾਹ ਲੱਭਣੇ ਭੱਜਣ ਦੇ, ਅਰਵਿੰਦ ਕੇਜਰੀਵਾਲ, ਆਸ਼ੀਸ਼ ਖੇਤਾਨ ਤੇ ਸੰਜੇ ਸਿੰਘ। ਲੁਧਿਆਣੇ ਦੀ ਕੋਰਟ 'ਚ ਤੁਹਾਡਾ ਪੱਤਰਕਾਰ ਜਿਹੜਾ ਕੋ ਕਿਊ ਸੀ, ਉਹਨੇ ਵੀ ਬਿਆਨ ਦਿੱਤਾ ਕਿ ਮੇਰੇ ਤੇ ਬਾਰ ਬਾਰ ਸੰਜੇ ਸਿੰਘ ਪ੍ਰੈਸ਼ਰ, ਕੋਰਟ ਦੇ ਅੰਦਰ ਜੱਜ ਸਾਹਿਬ ਦੇ ਅੱਗੇ ਬਿਆਨ ਦਿੱਤਾ ਕਿ ਮੇਰੇ ਤੇ ਪ੍ਰੈਸ਼ਰ ਪਾਉਂਦੇ ਸੀ ਕਿ ਡਿਲੇ ਟੈਕਟਿਕਸ ਵਰਤੋ, ਇਹ ਕੇਸ ਡਿਲੇ ਹੋਵੇ, ਇਹਦਾ ਫੈਸਲਾ ਨਾ ਆਵੇ, ਇਲੈਕਸ਼ਨ ਟਪਾਓ। ਅੱਜ ਵੀ ਮੈਂ ਬਾਰ ਬਾਰ ਕਹਿੰਦਾ ਕਿ ਤੁਸੀਂ ਬਾਹਰ ਆ ਕੇ ਇਲਜ਼ਾਮ ਲਾਉਂਦੇ ਹੋ, ਅੰਦਰ ਜਾ ਕੇ ਤੁਸੀਂ ਜੱਜ ਅੱਗੇ ਹੱਥ ਜੋੜ ਕੇ ਕਹਿੰਦੇ ਸਾਨੂੰ ਬੇਲ ਦੇ ਦਿਓ, ਸਾਨੂੰ ਅੱਜ ਛੁੱਟੀ ਦੇ ਦਿਓ। ਮੈਂ ਗੁਰੂ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਤੇ ਮੈਨੂੰ ਜੁਡੀਸ਼ਰੀ 'ਚ ਵਿਸ਼ਵਾਸ ਹੈ, ਆਪਣੇ ਲੀਗਲ ਪ੍ਰੋਸੈਸ 'ਚ ਵਿਸ਼ਵਾਸ ਹੈ, ਉਹ ਦਿਨ ਦੂਰ ਨਹੀਂ। ਇਹ ਭੱਜ ਲੈਣ ਜਿੰਨਾ ਮਰਜ਼ੀ, ਅੰਦਰ ਦੇ ਕੇ ਹਟਾਂਗੇ, ਕਾਨੂੰਨ ਰਾਹੀਂ ਦੇ ਕੇ ਹਟਾਂਗੇ, ਕਾਨੂੰਨ ਦੇ ਤੱਥਾਂ ਦੇ ਆਧਾਰ 'ਤੇ ਫੈਸਲਾ ਮੈਂ ਸਮਝਦਾ ਜੱਜ ਸਾਹਿਬ ਦਾ ਆਊਗਾ। ਮਾਨਸਾ ਦਲਿਤ ਨੌਜਵਾਨ ਕਤਲ ਮਾਮਲੇ ਵਿੱਚ ਥਾਣਾ ਕੋਟਧਰ ਮੂਦੇ SHO ਚੰਨਣ ਸਿੰਘ ਨੂੰ ਕੀਤਾ ਗਿਆ ਮੁਅੱਤਲ ਅਤੇ ਲਾਈਨ ਹਾਜ਼ਰ। SHO ਤੇ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਨਿਲਜ਼ਾਮ। ਕਾਂਗੜਾ ਪਹੁੰਚੇ ਕੇਂਦਰੀ ਮੰਤਰੀ JP ਨੱਡਾ ਨੇ ਪਾਰਟੀ ਆਗੂਆਂ ਦੇ ਨਾਲ ਕੀਤੀ ਮੁਲਾਕਾਤ। ਦਿੱਗਜ ਆਗੂ ਸ਼ਾਂਤਾ ਕੁਮਾਰ ਵੀ ਰਹੇ ਮੌਜੂਦ। PM ਮੋਦੀ ਦੀ ਰੈਲੀ ਨੂੰ ਲੈ ਕੇ ਕੀਤੀ ਗਈ ਸਮੀਖਿਆ। ਪਾਰਟੀ ਨੇ ਰੈਲੀ ਵਿੱਚ 10,000 ਤੋਂ ਜ਼ਿਆਦਾ ਲੋਕਾਂ ਦੇ ਪਹੁੰਚਣ ਦੀ ਜਤਾਈ ਉਮੀਦ। मंडी के पटल मैदान में आदरणीय प्रधानमंत्री श्री नरेंद्र मोदी जी की पब्लिक रैली है, उसके दृष्टि से बहुत प्रदेश में उत्साह है और बड़ी संख्या में लोग पार्टिसिपेट करना चाहते हैं। उसी की व्यवस्था की दृष्टि से कांगड़ा से अधिक लोग आए हैं। इस दृष्टि से ये बैठक रखी गई थी, इसमें मैंने भाग लिया है। ਸ਼ਿਮਲਾ ਦੇ ਵਿੱਚ CPIM ਸੂਬਾ ਕਮੇਟੀ ਦੀ 2 ਦਿਨੀ ਬੈਠਕ ਦਾ ਪ੍ਰਬੰਧ। ਵਿਧਾਨ ਸਭਾ ਚੋਣਾਂ ਦੇ ਲਈ ਰਣਨੀਤੀ ਬਣਾਉਣ 'ਤੇ ਚਰਚਾ। CPI ਆਗੂ ਅਤੇ ਕੇਂਦਰ ਪੰਵਰ ਬੋਲੇ, ਪਾਰਟੀ ਦੀ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜੋੜੇ ਜਾਣ 'ਤੇ ਦਿੱਤਾ ਜਾ ਰਿਹਾ ਜ਼ੋਰ। ਪ੍ਰਦੇਸ਼ ਮੇ ਪਾਰਟੀ ਆਪਣੀ ਸਟਰੈਂਥ ਕੋ ਬੜਾਤੇ ਹੋਏ ਔਰ ਵਾਮ ਜਨਵਾਦੀ ਫਰੰਟ ਬਣਾਏਗੀ। ਇਸਕਾ ਮਤਲਬ ਇਹ ਹੈ ਕਿ CPIM, CPI ਔਰ ਕੁਛ ਇੰਡੀਵਿਜੁਅਲਸ ਜੋ ਪੁਰਾਣੇ ਲੈਫਟ ਕੇ ਸਾਥ ਜੁੜੇ ਰਹੇ ਹੈ ਔਰ ਜੋ ਪ੍ਰੋਗਰੈਸਿਵ ਲੋਕ ਹੈ, ਜੋ ਪੋਲੀਟਿਕਸ ਕੋ ਸੇਵਾ ਕੇ ਰੂਪ ਮੇਂ ਦੇਖਤੇ ਹੈ, ਉਨਕੋ ਸ਼ਾਮਿਲ ਕਰਕੇ ਹਮ ਇੱਕ ਵਿਕਲਪ ਕੇ ਰੂਪ ਮੇਂ ਪ੍ਰਦੇਸ਼ ਮੇਂ ਬਿਲਡ ਕਰ ਰਹੇ ਹੈ। ਕਿ ਵਿਕਲਪ ਮੇਂ ਹਮ ਲੋਕ ਪੋਲੀਟਿਕਸ ਦੇਣਾ ਚਾਹਤੇ ਹੈ ਹਿਮਾਚਲ ਪ੍ਰਦੇਸ਼ ਮੇਂ, ਜੋ ਸਾਫ਼ ਹੋ ਔਰ ਜੋ ਕਲੀਨ ਕੇ ਸਾਥ ਸਾਥ ਹਮ ਵਿਕਾਸਾਤਮਕ ਹੋ।
ਹਿਸਾਰ ਵਿੱਚ ਰਾਜ ਸਭਾ ਮੈਂਬਰ ਡਾਕਟਰ ਸੁਭਾਸ਼ ਚੰਦਰਾ ਗਵਰਨਮੈਂਟ ਕਾਲਜ ਵਿੱਚ ਵਿਦਿਆਰਥੀਆਂ ਨਾਲ ਹੋਏ ਰੂਬਰੂ ਕਰੀਅਰ ਕਾਉਂਸਲਿੰਗ ਦੇ ਵਿਸ਼ੇ ਤੇ ਕੀਤੀ ਗੱਲਬਾਤ ਆਪਣੇ ਤਜਰਬਿਆਂ ਨੂੰ ਸਟੂਡੈਂਟਸ ਦੇ ਨਾਲ ਕੀਤਾ ਸਾਂਝਾ ਸਟੂਡੈਂਟਸ ਨੂੰ ਅਗਰੋਹਾ ਧਾਮ ਆਉਣ ਦਾ ਦਿੱਤਾ ਸੱਦਾ ओनली रिक्वायरमेंट क्योंकि अगर टैलेंट के हिसाब से अगर आप अपनी शिक्षा ग्रहण करेंगे वो सब्जेक्ट चूज करेंगे जो आपके अंदर टैलेंट है जो बचपन में हाँ हर एक में कोई ना कोई टैलेंट है ऐसा कोई भी व्यक्ति नहीं है जिसके अंदर किसी न किसी प्रकार का टैलेंट ना हो और वो हमको जन्म से मिलता है वो ट्रांसफर नहीं किया जा सकता एजुकेशन नॉलेज कैन बी गिवन Experience can be transferred, but talent cannot. और उस talent के अनुसार यदि आप पढ़ाई करेंगे तो आप बिल्कुल शाइन करेंगे जिंदगी में कोई सवाल नहीं कि कोई आप उसके अंदर किससे भी पीछे ਹਰਿਆਣਾ ਦੇ ਹਿਸਾਰ ਵਿੱਚ ਅਗਰੋਹਾ ਧਾਮ ਮੇਲੇ ਦੀਆਂ ਤਿਆਰੀਆਂ ਮੁਕੰਮਲ 33 MP ਅਤੇ 110 ਵਿਧਾਇਕਾਂ ਸਣੇ 1 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹਾਰ ਨੂੰ ਕਿਵੇਂ ਕਾਮਯਾਬੀ 'ਚ ਬਦਲੋ ਜਾਣੋ ਅਜਿਹੇ ਸਾਰੇ ਸਵਾਲਾਂ ਦੇ ਜਵਾਬ ਡਾਕਟਰ ਸੁਭਾਸ਼ ਚੰਦਰਾ ਸ਼ੋਅ 'ਚ ਅੱਜ ਸ਼ਾਮ 7 ਵਜੇ ਮੰਡੀ ਦੀ ਚੌਹਾਰ ਘਾਟੀ ਵਿੱਚ ਪੈਰਾਗਲਾਈਡਿੰਗ ਦੇ ਦੌਰਾਨ ਬ੍ਰਿਟਿਸ਼ ਨਾਗਰਿਕ ਦੀ ਮੌਤ ਉਡਾਨ ਦੇ ਵੇਲੇ ਇਆਨ ਮਿਕੋਮਸ ਨੇ ਹੋਇਆ ਨਿਯੰਤਰਣ ਟੂਰਿਸਟ ਵੀਜ਼ਾ ਤੇ ਆਇਆ ਸੀ ਭਾਰਤ ਵਾਰਾਣਸੀ ਦੇ ਧਾਰਮਿਕ ਸਮਾਗਮ ਵਿੱਚ ਮੱਚੀ ਭਗਦੜ 24 ਲੋਕਾਂ ਦੀ ਮੌਤ ਪੀਐਮ ਮੋਦੀ ਨੇ ਹਾਦਸੇ ਤੇ ਜਤਾਇਆ ਦੁੱਖ ਪੀਐਮ ਨੇ ਅਫਸਰਾਂ ਨੂੰ ਦਿੱਤਾ ਪੀੜਤਾਂ ਨੂੰ ਹਰ ਮੁਮਕਿਨ ਮਦਦ ਦੇਣ ਦਾ ਹੁਕਮ ਪ੍ਰਸ਼ਾਸਨ ਨੇ 3000 ਲੋਕਾਂ ਨੂੰ ਦਿੱਤੀ ਸੀ ਇਜਾਜ਼ਤ ਛੁੱਟੇ 1 ਲੱਖ ਤੋਂ ਜ਼ਿਆਦਾ ਲੋਕ ਯੂਪੀ ਸਰਕਾਰ ਨੇ ਕੀਤਾ ਮੁਆਵਜ਼ੇ ਦਾ ਐਲਾਨ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਦੀ ਮਦਦ ਜ਼ਖਮੀਆਂ ਦਾ ਹੋਵੇਗਾ ਮੁਫ਼ਤ ਇਲਾਜ ਦਹਿਸ਼ਤਗਰਦੀ ਦੇ ਭਾਰਤ ਅਤੇ ਰੂਸ ਇਕੱਠੇ ਰੂਸੀ ਰਾਸ਼ਟਰਪਤੀ ਪੁਤੀਨ ਦੇ ਨਾਲ ਦਵਿਪਕਸ਼ੀ ਗੱਲਬਾਤ ਤੋਂ ਬਾਅਦ ਬੋਲੇ ਪੀਐਮ ਮੋਦੀ ਇੱਕ ਪੁਰਾਣਾ ਦੋਸਤ 2 ਨਵੇਂ ਦੋਸਤਾਂ ਤੋਂ ਬਿਹਤਰ ਦਹਿਸ਼ਤਗਰਦੀ ਦੇ ਖਿਲਾਫ ਰੂਸ ਦੀ ਨੀਤੀ ਭਾਰਤ ਪਰ ਜ਼ਕੂਰਾ ਦਹਿਸ਼ਤਗਰਦੀ ਹਮਲੇ ਸ਼ਹੀਦ ਹੋਏ ਜਵਾਨ ਘਨਸ਼ਾਮ ਨੂੰ ਸ੍ਰੀਨਗਰ ਵਿੱਚ ਦਿੱਤੀ ਗਈ ਸਲਾਮੀ ਫੌਜ ਅਤੇ ਸੀਮਾ ਸੁਰੱਖਿਆ ਬਲ ਦੇ DG ਸਣੇ 7 ਜਵਾਨਾਂ ਨੇ ਦਿੱਤੀ ਸ਼ਰਧਾਂਜਲੀ ਕਸ਼ਮੀਰ ਦੇ ਹਾਲਾਤ ਵਿੱਚ ਸੁਧਾਰ ਤੋਂ ਬਾਅਦ ਅੱਜ ਹਟਾਇਆ ਗਿਆ ਕਰਫਿਊ ਪਰ ਸਮੁੱਚੇ ਵਾਦੀ ਵਿੱਚ ਲੱਗੀ ਰਹੇਗੀ ਧਾਰਾ 144 ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਗੋਆ ਏਅਰਪੋਰਟ ਤੇ ਹੋਇਆ ਸ਼ਾਨਦਾਰ ਸਵਾਗਤ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਿਨਪਿੰਗ ਦੇ ਵਿਚਾਲੇ ਹੋਵੇਗੀ ਦਵਿਪੱਖੀ ਗੱਲਬਾਤ ਗੋਆ ਵਿੱਚ ਤਿੱਬਤੀ ਲੋਕਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਭਾਰਤ ਅਤੇ ਰੂਸ ਦੇ ਵਿਚਾਲੇ 16 ਅਹਿਮ ਸਮਝੌਤੇ ਏਅਰ ਡਿਫੈਂਸ ਸਿਸਟਮ 400 ਹੋਰ ਕਾਮੋਵ ਹੈਲੀਕਾਪਟਰਸ ਤੇ ਦੋਨਾਂ ਦੇਸ਼ਾਂ ਦੇ ਵਿਚਾਲੇ ਬਣੀ ਸਹਿਮਤੀ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਗੋਆ ਪਹੁੰਚੇ ਬ੍ਰਾਜ਼ੀਲ ਅਤੇ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਮਾਈਕਲ ਟੇਮਰ ਅਤੇ ਜ਼ੈਕਬ ਜ਼ੂਮਾ ਦਾ ਕੀਤਾ ਗਿਆ ਰਵਾਇਤੀ ਤਰੀਕੇ ਦੇ ਨਾਲ ਸਵਾਗਤ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਨੂੰ ਪੁੱਛਗਿੱਛ ਤੋਂ ਬਾਅਦ ED ਨੇ ਛੱਡਿਆ ਦਿੱਲੀ ਏਅਰਪੋਰਟ ਤੋਂ ਲਿਆ ਗਿਆ ਸੀ ਹਿਰਾਸਤ 'ਚ ਦੁਬਈ ਜਾ ਰਿਹਾ ਸੀ ਕੁਰੈਸ਼ੀ ਹਵਾਲਾ ਕਾਰੋਬਾਰ ਵਿੱਚ ਇਲਜ਼ਾਮ 'ਚ ED ਨੇ ਜਾਰੀ ਕੀਤਾ ਸੀ ਲੁਕਅਟ ਨੋਟਿਸ ਪਾਕਿਸਤਾਨੀ ਏਅਰਫੋਰਸ ਦੇ ਹਮਲੇ ਤੋਂ ਬਚਣ ਦੇ ਲਈ ਪਸ਼ਤੂਨ ਆਬਾਦੀ ਦੇ ਇੱਕ ਵੱਡੇ ਹਿੱਸੇ ਨੇ ਅਫਗਾਨਿਸਤਾਨ 'ਚ ਲਈ ਸ਼ਰਨ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੀ ਜਯੰਤੀ ਅੱਜ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਪਹਿਲੀ ਵਾਰ EVM ਤੇ ਦੇਖਣਗੀਆਂ ਉਮੀਦਵਾਰਾਂ ਦੀਆਂ ਤਸਵੀਰਾਂ ਤਿਉਹਾਰਾਂ ਦੇ ਮੱਦੇਨਜ਼ਰ ਕੁਰੂਕਸ਼ੇਤਰ ਵਿੱਚ ਸਿਹਤ ਮਹਿਕਮੇ ਦੀ ਨਗਰ ਦੀ ਨਾਮਚਿੰਨ ਮਿਠਾਈ ਦੀ ਦੁਕਾਨ ਤੇ ਛਾਪੇਮਾਰੀ ਤੋਂ ਮੱਚੀ ਹਫੜਾ ਦਫੜੀ
ਫਰੀਦਾਬਾਦ ਦੇ ਸੈਕਟਰ 12 ਦੇ ਖੇਡ ਪ੍ਰਸ਼ਦ 'ਚ ਦੋ ਦਿਨੀ ਮਹਾਰਸ਼ੀ ਵਾਲਮੀਕੀ ਹਰਿਆਣਾ ਰਾਜ ਤੀਰ ਅੰਦਾਜ਼ੀ ਟੂਰਨਾਮੈਂਟ ਦਾ ਕੀਤਾ ਗਿਆ ਪ੍ਰਬੰਧ। ਜੰਮੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਓਲੰਪਿਕਸ 2016 ਦਾ ਕੀਤਾ ਗਿਆ ਪ੍ਰਬੰਧ। ਜੰਮੂ 'ਚ ਪ੍ਰਬੰਧਕ ਇੱਕ ਪ੍ਰੋਗਰਾਮ 'ਚ ਜੰਮੂ ਦੀ ਸੰਸਕ੍ਰਿਤੀ ਨੂੰ ਦਰਸਾਉਣ ਵਾਲੀਆਂ 4 ਕਿਤਾਬਾਂ ਲਾਂਚ ਕੀਤੀਆਂ ਗਈਆਂ। ਕਿਤਾਬਾਂ ਦਾ ਲੇਖਨ ਪ੍ਰੋਫੈਸਰ ਪ੍ਰਿਯਤਮਾ ਚੰਦਰ ਸ਼ਾਸਤਰੀ ਨੇ ਕੀਤਾ। ਇਰਾਕ ਦੇ ਵੱਡੇ ਸ਼ਹਿਰਾਂ 'ਚੋਂ ਇੱਕ ਤੇ ISIS ਦੇ ਗੜ੍ਹ ਮੌਸੂਲ ਤੇ ਕਬਜ਼ੇ ਲਏ। ਹੋਣ ਵਾਲੀ ਜੰਗ ਨਾਲ UN ਨੇ ਬਹੁਤ ਨੁਕਸਾਨ ਹੋਣ ਦਾ ਸ਼ੰਕਾ ਜਤਾਇਆ। ਲੰਡਨ ਦੇ ਚਿੜੀਆਘਰ ਤੋਂ ਇੱਕ ਗੁਰੇਲਾ ਆਪਣੇ ਪਿੰਜਰੇ ਤੋਂ ਭੱਜ ਗਿਆ। ਜਰਮਨੀ ਦੀ ਸਰਕਾਰ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਉਹ ਛੇਤੀ ਹੀ ਡੀਜ਼ਲ ਗੱਡੀਆਂ 'ਤੇ ਲੱਗੇ ਬੈਨ ਬਾਰੇ ਆਪਣੀ ਸਥਿਤੀ ਸਪਸ਼ਟ ਕਰੇ। ਮਿਸਰ 'ਚ ਸਿਨਾਈ ਪੈਨਸੁਲਾ 'ਚ ਇੱਕ ਚੈੱਕ ਨਾਕੇ 'ਤੇ ਹਮਲੇ 'ਚ 15 ਫੌਜੀਆਂ ਦੀ ਮੌਤ ਹੋ ਗਈ। ਸੀਰੀਆ 'ਚ ਟਰਕੀ ਸਰਹੱਦ ਕੋਲ ਇੱਕ ਕਾਰ ਬੰਬ ਧਮਾਕੇ 'ਚ 20 ਲੋਕਾਂ ਦੀ ਮੌਤ ਹੋ ਗਈ। US ਵਿੱਚ ਫਿਲਮ ਸਿਮਰਨ ਦੀ ਸ਼ੂਟਿੰਗ ਕਰ ਰਹੀ ਕੰਗਨਾ ਰਣੌਤ ਦਾ ਹੋਇਆ ਐਕਸੀਡੈਂਟ। ਮਨਾਲੀ 'ਚ ਆਪਣੀ ਫਿਲਮ ਟਿਊਬਲਾਈਟ ਦੀ ਸ਼ੂਟਿੰਗ ਕਰ ਰਹੇ ਸਲਮਾਨ ਖਾਨ ਆਪਣੇ ਟੀਵੀ ਸ਼ੋਅ ਬਿਗ ਬਾਸ ਸੀਜ਼ਨ 10 ਦੇ ਪ੍ਰਮੋਸ਼ਨ ਲਈ ਮੁੰਬਈ ਵਾਪਸ ਪਰਤੇ। ਪਰਿਣੀਤੀ ਚੋਪੜਾ ਨੇ ਆਪਣੀ ਫਿਲਮ ਮੇਰੀ ਪਿਆਰੀ ਬਿੰਦੂ ਦੀ ਸ਼ੂਟਿੰਗ ਖਤਮ ਕਰ ਦਿੱਤੀ ਹੈ।